ਕੀ ਤੁਹਾਨੂੰ ਪਤਾ ਹੈ ਕਿ ਪਹਿਲੀ ਵਾਰ ਹੀਰੋਇਨ ਜਾਨੀ ਕਿ ਚਿੱਟਾ ਕਿਸ ਨੇ ਕਦੋਂ ਅਤੇ ਕਿਹੜੇ ਦੇਸ਼ ਦੇ ਵਿੱਚ ਬਣਾਇਆ ਸੀ ਤੇ ਕਿੰਨੇ ਸਾਲਾਂ ਤੱਕ ਚਿੱਟਾ ਇੱਕ ਆਮ ਦੁਕਾਨ ਦੇ ਉੱਪਰ ਜਾ ਕੇ ਮਿਲ ਜਾਂਦਾ ਹੁੰਦਾ ਸੀ ਜਿਹੜੀ ਹੀਰੋਇਨ ਜਾਂ ਕਹੀਏ ਚਿੱਟਾ ਅੱਜ ਪੰਜਾਬ ਦੀ ਜਵਾਨੀ ਖਾ ਰਿਹਾ ਹੈ ਕਿਸੇ ਟਾਈਮ ਉਹ ਇੱਕ ਖੰਗ ਦੀ ਦਵਾਈ ਹੋਇਆ ਕਰਦਾ ਸੀ ਪਰ ਇਨਸਾਨਾਂ ਦੇ ਲਾਲਚ ਨੇ ਇਸ ਨੂੰ ਇਨਸਾਨ ਦਾ ਹੀ ਦੁਸ਼ਮਣ ਬਣਾ ਦਿੱਤਾ ਪਿਛਲੇ 20 ਸਾਲਾਂ ਦੇ ਵਿੱਚ ਇਕੱਲੇ ਅਮਰੀਕਾ ਦੇ ਵਿੱਚ ਹੀ 1,30,000 ਲੋਕਾਂ ਦੀ ਮੌਤ ਇਸ ਹੀਰੋਇਨ ਜਾਂ ਕਹੀਏ ਇਸ ਚਿੱਟੇ ਦੀ ਓਵਰਡੋਜ਼ ਦੇ ਨਾਲ ਹੋਈ ਹੈ ਪੰਜਾਬ ਦੇ ਵਿੱਚ ਕਿੰਨੇ ਲੋਕ ਚਿੱਟੇ ਦੀ ਓਵਰਡੋਜ਼ ਦੇ ਨਾਲ ਮਰਦੇ ਹਨ ਇਹ ਤਾਂ ਆਪਾਂ ਸਾਰੇ ਹੀ ਜਾਣਦੇ ਹਾਂ ਕਿਵੇਂ ਖੰਗ ਦੀ ਦਵਾਈ ਬਣ ਗਈ ਇੱਕ ਜਾਨਲੇਵਾ ਨਸ਼ਾ ਤੇ ਇਸ ਦੀ ਸ਼ੁਰੂਆਤ ਕਿੱਥੋਂ ਹੋਈ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇਹੀ ਦੱਸੂੰਗਾ ਸੋ ਜੁੜੇ ਰਹੋ ਮੇਰੇ ਨਾਲ ਮੈਂ ਤੁਹਾਡਾ ਹੋ ਜਸਪ੍ਰੀਤ ਸਿੰਘ ਤੇ ਤੁਸੀਂ ਦੇਖ ਰਹੇ ਹੋ ਜੋਟ ਟੀਵੀ ਇਹ ਗੱਲ ਹੈ ਜੀ 1800 ਈਸਵੀ ਦੇ ਆਖਰੀ ਸਾਲਾਂ ਦੀ ਜਦੋਂ ਹੀਰੋਇਨ ਨੂੰ ਇੱਕ ਲੈਬੋਰਟਰੀ ਜਾਂ ਕਹੀਏ ਪ੍ਰਯੋਗਸ਼ਾਲਾ ਦੇ ਵਿੱਚ ਤਿਆਰ ਕੀਤਾ ਗਿਆ ਸੀ ਤੇ ਤਿਆਰ ਹੋਣ ਤੋਂ ਕਈ ਸਾਲਾਂ ਬਾਅਦ ਤੱਕ ਅੱਜ ਦਾ ਇਹ ਨਸ਼ੀਲਾ ਪਦਾਰਥ ਖੰਗ ਦੀਆਂ ਦਵਾਈਆਂ ਦੇ ਵਿੱਚ ਵਰਤਿਆ ਜਾਣ ਲੱਗਾ ਬੀਬੀਸੀ ਦੀ ਇੱਕ ਰਿਪੋਰਟ ਦੇ ਅਨੁਸਾਰ ਹੀਰੋਇਨ ਜਾਂ ਕਹੀਏ ਚਿੱਟੇ ਦਾ ਰਸਾਇਣਿਕ ਨਾਮ ਡਾਈਸੈਟਾਈਲ ਮਾਰਫਿਨ ਹੈ ਹੀਰੋਇਨ ਦੇ ਬਣਨ ਦੀ ਸਭ ਤੋਂ ਪੁਰਾਣੀ ਰਿਪੋਰਟ ਜਿਹੜੀ ਸਾਹਮਣੇ ਆਉਂਦੀ ਹੈ ਉਹ ਸਨ 1874 ਦੀ ਹੈ ਇਸ ਨੂੰ ਇੱਕ ਅੰਗਰੇਜ਼ ਰਸਾਇਣਿਕ ਸ਼ਾਸਤਰੀ ਸੀਆਰਏ ਰਾਈਟ ਨੇ ਲੰਡਨ ਦੇ ਸੈਂਟ ਮੈਰੀ ਹਸਪੀਟਲ ਔਰ ਮੈਡੀਸਨ ਦੇ ਵਿੱਚ ਤਿਆਰ ਕੀਤਾ ਸੀ ਸ਼ੁਰੂਆਤ ਦੇ ਵਿੱਚ ਲੋਕਾਂ ਨੂੰ ਲੱਗਦਾ ਸੀ ਕਿ ਇਹ ਦਵਾਈ ਖਾਣ ਦੇ ਨਾਲ ਨਸ਼ੇ ਦੀ ਲੱਤ ਨਹੀਂ ਲੱਗਦੀ ਤੇ ਇਸ ਦਾ ਕੋਈ ਸਾਈਡ ਇਫੈਕਟ ਵੀ ਨਹੀਂ ਹੈ ਸਾਲ 1897 ਆਉਂਦੇ ਤੱਕ ਹੀਰੋਇਨ ਦੀ ਵਰਤੋਂ ਦੇ ਵਿੱਚ ਕਿਸੇ ਨੇ ਵੀ ਕੋਈ ਰੁਚੀ ਨਹੀਂ ਦਿਖਾਈ ਪਰ ਜਦੋਂ ਪ੍ਰੋਫੈਸਰ ਹੈਨਰੀ ਕੇਕਰ ਦੀ ਅਗਵਾਈ ਵਾਲੀ ਜਰਮਨ ਦਵਾਈ ਕੰਪਨੀ ਬਾਇਰ ਨੇ ਮੋਰਫਿਨ ਅਤੇ ਕੋਡੀਨ ਦੀ ਜਗ੍ਹਾ ਤੇ ਇਸ ਦਾ ਕੋਈ ਹੋਰ ਬਦਲਾਅ ਲੱਭਣ ਦੀ ਕੋਸ਼ਿਸ਼ ਕੀਤੀ ਜਿਸ ਦੇ ਨਾਲ ਉਹ ਸਾਹ ਦੀ ਬਿਮਾਰੀ ਵਾਲੇ ਵੀ ਮਰੀਜ਼ਾਂ ਨੂੰ ਠੀਕ ਕਰ ਸਕਣ ਤੇ ਜਰਮਨ ਦੀ ਦਵਾਈ ਕੰਪਨੀ ਬਾਇਰ ਨੇ ਹੀ ਸਭ ਤੋਂ ਪਹਿਲਾਂ ਵੱਡੇ ਪੱਧਰ ਦੇ ਉੱਪਰ ਹੀਰੋਇਨ ਦੀ ਵਰਤੋਂ ਦਵਾਈਆਂ ਦੇ ਵਿੱਚ ਕਰਨੀ ਸ਼ੁਰੂ ਕਰ ਦਿੱਤੀ ਸੀ ਪਹਿਲਾਂ ਹੀਰੋਇਨ ਵਾਲੀ ਦਵਾਈ ਦੀ ਜਾਨਵਰਾਂ ਦੇ ਉੱਪਰ ਟੈਸਟਿੰਗ ਕੀਤੀ ਗਈ ਤੇ ਬਾਅਦ ਦੇ ਵਿੱਚ ਇਸ ਨੂੰ ਇਨਸਾਨਾਂ ਦੇ ਉੱਪਰ ਵੀ ਟੈਸਟ ਕੀਤਾ ਗਿਆ ਇਹਨਾਂ ਸਾਰੇ ਪ੍ਰਯੋਗਾਂ ਦੇ ਵਿੱਚ ਇਹ ਚੀਜ਼ ਸਾਹਮਣੇ ਨਿਕਲ ਕੇ ਆਈ ਕਿ ਡਾਈਸੈਟਾਈਲ ਮਾਰਫਿਨ ਜਿਹਨੂੰ ਆਪਾਂ ਹੀਰੋਇਨ ਜਾਂ ਚਿੱਟਾ ਵੀ ਕਹਿੰਦੇ ਹਾਂ ਉਹ ਖੰਗ ਦੇ ਨਾਲ ਨਾਲ ਸਾਹ ਦੇ ਮਰੀਜ਼ਾਂ ਦੇ ਲਈ ਵੀ ਲਾਹੇਵੰਦ ਹੈ ਸਾਲ 1898 ਦੇ ਵਿੱਚ ਜਰਮਨ ਦੀ ਦਵਾਈ ਕੰਪਨੀ ਬਾਇਰ ਨੇ ਹੀਰੋਇਨ ਦੇ ਨਾਲ ਇੱਕ ਖੰਗ ਦੀ ਦਵਾਈ ਬਣਾਉਣੀ ਸ਼ੁਰੂ ਕਰ ਦਿੱਤੀ ਜਿਸ ਨੂੰ ਉਹਨਾਂ ਨੇ ਨਾਮ ਦਿੱਤਾ ਹੀਰੋਇਨ ਉਸ ਸਮੇਂ ਹੀ ਇਸ ਨੂੰ ਹੀਰੋਇਨ ਦਾ ਨਾਮ ਦਿੱਤਾ ਗਿਆ ਸੀ ਉਸ ਤੋਂ ਪਹਿਲਾਂ ਤਾਂ ਇਸ ਨੂੰ ਡਾਈਸੈਟਾਈਲ ਮਾਰਫਿਨ ਹੀ ਕਿਹਾ ਜਾਂਦਾ ਸੀ ਉਸ ਸਮੇਂ ਹੀਰੋਇਨ ਪਾਊਡਰ ਦੇ ਰੂਪ ਦੇ ਵਿੱਚ ਮਰੀਜ਼ਾਂ ਨੂੰ ਦਿੱਤੀ ਜਾਂਦੀ ਸੀ 1 ਗ੍ਰਾਮ 5 ਗ੍ਰਾਮ 10 ਗ੍ਰਾਮ ਅਤੇ 25 ਗ੍ਰਾਮ ਦੀ ਡੋਜ਼ ਦੇ ਨਾਲ ਪਾਊਡਰ ਤੋਂ ਬਾਅਦ ਇਹ ਦਵਾਈ ਜਾਨੀ ਕਿ ਹੀਰੋਇਨ ਗੋਲੀਆਂ ਤੇ ਸਿਰਪ ਦੇ ਰੂਪ ਦੇ ਵਿੱਚ ਵੀ ਆਉਣ ਲੱਗ ਗਈ ਤੇ ਸਾਲ 1899 ਤੱਕ ਜਰਮਨ ਦੀ ਇਹ ਬਾਇਰ ਕੰਪਨੀ 20 ਦੇਸ਼ਾਂ ਦੇ ਵਿੱਚ ਹੀਰੋਇਨ ਵੇਚ ਰਹੀ ਸੀ ਅੱਜ ਜਿਹੜਾ ਚਿੱਟਾ ਜਾਂ ਕਹੀਏ ਹੀਰੋਇਨ ਗੈਰ ਕਾਨੂੰਨੀ ਹੈ ਉਹ ਸਾਲ 1914 ਤੱਕ ਬਿਨਾਂ ਡਾਕਟਰ ਦੀ ਪਰਚੀ ਤੋਂ ਵੀ ਮਿਲ ਜਾਂਦਾ ਸੀ ਬਾਅਦ ਦੇ ਵਿੱਚ ਹੀਰੋਇਨ ਦਾ ਪ੍ਰਯੋਗ ਖੰਗ ਤੋਂ ਨਹੀਂ ਬਲਕਿ ਮੋਰਫਿਨ ਅਤੇ ਸ਼ਰਾਬ ਦੀ ਲੱਤ ਛਡਾਉਣ ਦੇ ਲਈ ਵੀ ਕੀਤਾ ਜਾਣ ਲੱਗਾ ਉਸ ਤੋਂ ਬਾਅਦ ਹੀ ਇਸ ਦੀ ਵਰਤੋਂ ਵਪਾਰਕ ਤੌਰ ਤੇ ਵੀ ਹੋਣ ਲੱਗੀ ਤੇ ਨਾਲ ਹੀ ਉਦੋਂ ਇਹ ਚੇਤਾਵਨੀ ਵੀ ਦਿੱਤੀ ਜਾਣ ਲੱਗੀ ਕਿ ਹੀਰੋਇਨ ਦੀ ਲੱਤ ਲੱਗ ਸਕਦੀ ਹੈ ਕਿਉਂਕਿ ਕਈ ਅਜਿਹੇ ਕੇਸ ਸਾਹਮਣੇ ਆ ਗਏ ਸਨ ਸਾਲ 1910 ਦੇ ਦਹਾਕੇ ਦੇ ਵਿੱਚ ਹੀਰੋਇਨ ਨੂੰ ਅਪਰਾਧੀਆਂ ਵੱਲੋਂ ਕਾਫੀ ਪਸੰਦ ਕੀਤਾ ਜਾਣ ਲੱਗਾ ਸੀ ਅਸਲ ਦੇ ਵਿੱਚ ਅਮਰੀਕਾ ਦੀ ਜੇਲ੍ਹਾਂ ਦੇ ਵਿੱਚ ਖੰਗ ਦੇ ਨਾਲ ਪੀੜਤ ਕੁਝ ਕੈਦੀਆਂ ਨੂੰ ਹੀਰੋਇਨ ਦਿੱਤੀ ਗਈ ਸੀ ਉਸ ਤੋਂ ਬਾਅਦ ਜੇਲ੍ਹ ਦੇ ਬਾਕੀ ਕੈਦੀਆਂ ਦੇ ਵਿੱਚ ਵੀ ਇਹ ਗੱਲ ਫੈਲ ਗਈ ਕਿ ਇੱਕ ਬਹੁਤ ਵਧੀਆ ਨਸ਼ੇ ਵਾਲੀ ਚੀਜ਼ ਹੈ ਉਸ ਤੋਂ ਬਾਅਦ ਇਹ ਗੱਲ ਜੇਲ੍ਹਾਂ ਤੋਂ ਬਾਹਰ ਵੀ ਚਲੀ ਗਈ ਤੇ ਲੋਕ ਬਾਹਰ ਵੀ ਹੀਰੋਇਨ ਦੀ ਮੰਗ ਕਰਨ ਲੱਗੇ ਇੱਕ ਗੱਲ ਹੋਰ ਵੀ ਸੀ ਕਿ ਉਸ ਸਮੇਂ ਕੋਕੀਨ ਦੇ ਨਾਲੋਂ ਹੀਰੋਇਨ ਸਸਤੀ ਸੀ ਤੇ ਇਸ ਨੂੰ ਖਰੀਦਣਾ ਅਫੀਮ ਦੇ ਨਾਲੋਂ ਵੀ ਸੌਖਾ ਸੀ ਇਹਨਾਂ ਕਾਰਨਾਂ ਕਰਕੇ ਹੀ ਬਹੁਤ ਜ਼ਿਆਦਾ ਸੰਖਿਆ ਦੇ ਵਿੱਚ ਲੋਕ ਇਸ ਦੇ ਆਦੀ ਹੋਣੇ ਸ਼ੁਰੂ ਹੋ ਗਏ ਤੇ ਹੌਲੀ ਹੌਲੀ ਸਮਾਂ ਪਾ ਕੇ ਇੱਕ ਬਹੁਤ ਮਹਿੰਗਾ ਨਸ਼ੀਲਾ ਪਦਾਰਥ ਬਣ ਗਿਆ ਤੇ ਇਹ ਨਸ਼ੀਲੇ ਡਰੱਗ ਦੇ ਕਾਰਨ ਪਤਾ ਹੀ ਨਹੀਂ ਪੰਜਾਬ ਦੇ ਵਿੱਚ ਵੀ ਕਿੰਨੇ ਨੌਜਵਾਨ ਇਸ ਦੀ ਭੇਟ ਚੜ ਗਏ ਤੇ ਪੂਰੀ ਦੁਨੀਆ ਦੇ ਅੰਕੜੇ ਤਾਂ ਬਹੁਤ ਜ਼ਿਆਦਾ ਹੈਰਾਨ ਕਰਨ ਵਾਲੇ ਨੇ ਇਸ ਜੀ ਹੀਰੋਇਨ ਜਾਂ ਕਿ ਚਿੱਟੇ ਬਾਰੇ ਕੁਝ ਜਾਣਕਾਰੀ ਕਿ ਕਿਵੇਂ ਇਨਸਾਨਾਂ ਦੇ ਲਾਲਚ ਨੇ ਇੱਕ ਖੰਗ ਦੀ ਦਵਾਈ ਨੂੰ ਇੱਕ ਨਸ਼ਾ ਬਣਾ ਦਿੱਤਾ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਸਾਡੇ YouTube ਦੇ ਚੈਨਲ ਜੋ ਟੀਵੀ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਧੰਨਵਾਦ